दो साल पहले 11 अप्रैल को इसे ग्राउंड के जलसा 12 अप्रैल को ब्रेकडाउन हो गया। आज दो साल तो बाद दो साल पहले अमीर साहब तशरीफ लै गए जेल से वापस आ गए 6 महीने तो बाद आज दो साल तो बाद फिर उस ग्राउंड से जलसा है तो मजमा आके रौल पाड़ है। इस ग्राउंड से उन्होंने भी जलसा आया जिन्होंने दौरे इकदार मेरे साथ अमीरे मोहतरम को जेल च लैके गए, लेकिन जो एडा का जलसा खैर उन्होंने उदो भी नहीं सी। इस वेले उन्होंने कोई माड़ा मोटा क्रैकडाउन होया दी रीठा हुई क्रैकडाउन की होना सी, उन्होंने आख्या जी मंडी तो जुलूस लैके जाना सी। उदू मैं गलत दसने बाद आप भी पता हो पीटीआई वाले आख्या भी एक लगा के पता नहीं की कुछ हो जाएगा, लेकिन जिला मंडी बाबा टीम की आवाम ने इन्होंने बिल्कुल ही मुस्तरद कर दिया। ਸਾਨੂੰ ਵੀ ਅੱਜ ਥੁੱਕ ਥੁੱਕ ਕੇ ਚੱਟਣਾ ਪੈਣਾ ਸੀ। ਇਹ ਸ਼ੇਰ ਆ ਜਾਂਦੇ ਨੇ ਅਦਾਲਤਾਂ ਵਿੱਚ, ਇਹ ਟੀਟ ਦੇ ਡੱਬੇ ਪਾ ਕੇ ਸਿਰ ਉੱਤੇ ਜਾਂਦੇ ਤਾਂ ਹੁਣ ਅਸੀਂ ਇਹ ਗੱਲਾਂ ਨਹੀਂ ਸੀ ਕਰ ਸਕਦੇ। ਬਾਬਾ ਜੀ ਸਾਨੂੰ ਇਹ ਨਹੀਂ ਗੱਲ ਦੱਸ ਕੇ ਗਏ ਪਰ ਨਿਰਾ ਰਿਆਸਤ ਮਦੀਨਾ ਦਾ ਨਾਂ ਲੈਣਾ ਹੋ ਰਿਹਾ ਤੇ ਰਸੂਲੁੱਲਾ ਦੇ ਨਾਂ ਤੇ ਸਾਰਾ ਕੁਝ ਕੁਰਬਾਨ ਕਰਨਾ ਹੋ ਰਿਹਾ। ਮੇਰੇ ਮੋਹਤਰਮ ਨੂੰ ਲੱਖਾਂ ਸਲਾਮ ਨੇ। ਇਹ ਅੱਗੇ ਗੱਲ ਹੁੰਦੀ ਸੀ ਦੇਹ 'ਚ ਵੀ ਲੀਡਰ ਇੱਕ ਬੜੀ ਸ਼ਹਿ ਹੁੰਦੀ ਹੈ, ਲੇਕਿਨ ਜਦੋਂ ਦਾ ਟੀਣ ਪਾ ਕੇ ਵੇਖਿਆ ਨਾ ਬੰਦਾ ਜਾਂਦਾ ਤੇ ਫਿਰ ਪੀਡੀਆਈ ਵਾਸਤੇ ਇੱਕ ਥੂਕ ਦਾ ਦਰਿਆ ਆ ਉਹ ਸਾਰੇ ਹੀ ਚਾਟ ਕੇ ਜਾਣਾ ਹੈ, ਕਿਉਂਕਿ ਲੀਡਰ ਨੇ ਖਲੋਣਾ ਜੀ ਨਹੀਂ ਆਪਣੀ ਗੱਲ ਉੱਤੇ ਤੇ ਥੁੱਕਾਂ ਦਾ ਪੂਰਾ ਦਰਿਆ ਹੈ ਤੇ ਬੱਚਾ ਟੁੱਟ ਕੇ ਜਾਣਾ। ਅੱਲਾ ਦਾ ਸ਼ੁਕਰ ਹੈ ਅੱਲਾ ਰੱਬੁਲ ਆਲਮੀਨ ਨੇ ਸਾਨੂੰ ਏਡੇ ਬਾਬਾ ਜੀ ਤੋਂ ਬਾਅਦ ਫਿਰ ਏਡੇ ਗੈਰਤਮੰਦ ਲੀਡਰ ਦਿੱਤੇ ਨੇ, ਇਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰ ਹੀ ਨਹੀਂ ਸਕਦੇ। ਲੇਕਿਨ ਫਿਰ ਵੀ ਜਨਾਬ ਲੱਖਾਂ ਸਲਾਮ ਨੇ ਤੁਸੀਂ ਸਾਨੂੰ ਟਾਈਮ ਦਿੱਤਾ ਸਾਡੇ ਜ਼ਿਲ੍ਹੇ ਤਸ਼ਰੀਫ ਲਿਆ ਤੁਹਾਨੂੰ ਇੱਜ਼ਤ ਬਖਸ਼ੀ ਤੇ ਦੋ ਗੱਲਾਂ ਆਪ ਦੇ ਕੋਲ ਸੁਚਾਰ ਕਰਨਾ ਚਾਹੁੰਦਾ ਆਪਣੇ ਜ਼ਿਲ੍ਹੇ ਦੇ ਹਵਾਲੇ ਨਾਲ। ਜਦੋਂ ਸਲਾਬ ਤਨਖਾਨ ਦਾ ਮਾਮਲਾ ਸੀ ਉਦੋਂ ਇਹ ਜ਼ਿਲ੍ਹਾ ਮੰਡੀ ਬਾਲ ਦੀ ਨੇ ਆਵਾਮ ਨੇ ਸਾਡੇ ਨਾਲ ਬੜਾ ਤਾਮਲ ਕੀਤਾ, ਉਹ ਆਪ ਦੇ ਵੀ ਸਾਹਮਣੇ ਆਪ ਉੱਥੇ ਸਾਡੇ ਕੋਲ ਤਸ਼ਰੀਫ ਲੈ ਗਏ, ਉਹ ਆਪ ਨੇ ਵੇਖਿਆ ਕਿ ਇਹ ਮੰਡੀ ਬਾਲ ਦੀ ਨੇ ਆਵਾਮ ਨੇ ਸਾਡੇ ਨਾਲ ਉਸ ਮਾਮਲੇ 'ਚ ਬੜਾ ਤਾਮਲ ਕੀਤਾ। ਸਾਨੂੰ ਇਸ ਗੱਲ ਉੱਤੇ ਫਿਕਰ ਕਿ ਸਾਡੇ ਜ਼ਿਲ੍ਹੇ ਵਾਲਿਆਂ ਇਸ ਗੱਲ ਨੂੰ ਕਬੂਲ ਵੀ ਕੀਤਾ ਹੈ ਸਾਰੀਆਂ ਜਮਾਤਾਂ ਨੂੰ ਛੱਡ ਕੇ, ਤੇ ਹੁਣ ਇਹ ਗੱਲ ਕਬੂਲ ਕਰ ਲਈਏ ਵੀ ਜੇ ਇਸ ਕੌਮ ਦਾ ਵੀ ਕੋਈ ਸੁਣਨੇ ਵਾਲਾ ਹੈ ਜਾਂ ਮੁਲਕ ਦਾ ਵੀ ਕੋਈ ਹੈ ਤਾਂ ਸਿਰਫ ਲੰਬੈਕ ਵਾਲੇ। ਹੜਤਾਲ 'ਚ ਵੀ ਇਹਨਾਂ ਬੜਾ ਤਾਮਲ ਕੀਤਾ, ਵੈਸੇ ਵੀ ਸਿਆਸੀ ਜਮਾਤਾਂ ਦੇ ਵਿੱਚ ਜਲਸੇ ਹੁੰਦੇ ਨੇ ਉਸ ਵੇਲੇ ਗੱਲ ਸਮਝ ਆ ਜਾਂਦੀ। ਇਸ ਜ਼ਿਲ੍ਹੇ ਜੋੜੇ ਨਾਲ ਬੰਦਾ ਖੜਾਉਂਦਾ ਕੋਈ ਨਹੀਂ, ਉਹ ਨੋਨ ਲੀਗ ਵਾਲੇ ਆਉਣ ਵੱਖਰੇ ਵੱਖਰੇ ਜੋੜ ਇਕੱਠੇ ਨੇ। ਇੱਕ ਗੱਲ ਆਪਣੇ ਜ਼ਿਲ੍ਹੇ ਵਾਲਿਆਂ ਵਾਸਤੇ ਖਾਸ ਕਰਕੇ ਸ਼ਹਿਰ ਵਾਲਿਆਂ ਵਾਸਤੇ ਤੇ ਉਸ ਤੋਂ ਬਾਅਦ ਮੇਰੇ ਮੋਹਤਰਮ ਨੂੰ ਦਾਵਤ ਦੇਣੀ, ਸਾਡੇ ਸ਼ਹਿਰ ਦੇ ਵਿੱਚ ਜ਼ਿਲ੍ਹੇ ਵਿੱਚ ਵੀ ਤੇ ਸ਼ਹਿਰ ਵਿੱਚ ਖਾਸ ਕਰਕੇ ਅਕਸਰੀਅਤ ਦੇ ਜਿਹੜੇ ਮਹਾਜਰ ਬਰਾਦਰੀ ਮਹਾਜਰ ਕੌਣ ਨੇ ਜਿਹੜੇ 1947 ਵਿੱਚ ਜਿਹਨਾਂ 22 ਲੱਖ ਬੰਦਾ ਸ਼ਹੀਦ ਕਰਾਇਆ ਇਸਲਾਮ ਦੇ ਨਾਮ ਤੇ, ਇਸਲਾਮ ਦੇ ਨਾਂ ਤੇ ਮਹਾਜਰ ਕੌਣ ਨੇ ਜਿਹਨਾਂ 2 ਕਰੋੜ ਬੰਦਿਆਂ ਨੇ ਹਿਜਰਤ ਕੀਤੀ ਇਸਲਾਮ ਦੇ ਨਾਂ ਤੇ, ਆਪਣਾ ਘਰ ਬਾਰ ਛੱਡਿਆ ਆਪਣੀ ਜਾਇਦਾਦ ਛੱਡੀ ਆਪਣੇ ਰਿਸ਼ਤੇਦਾਰ ਛੱਡੇ ਤੇ ਹਜ਼ੂਰ ਦੇ ਦੀਨ ਦੇ ਨਾਂ ਤੇ ਆਪਣਾ ਸਾਰਾ ਕੁਝ ਛੱਡ ਕੇ ਇਸਲਾਮ ਦੇ ਨਾਂ ਤੇ ਉਦੋਂ ਛੱਡ ਕੇ ਪਾਕਿਸਤਾਨ ਆਏ। ਮੇਰਾ ਤੁਹਾਨੂੰ ਥੋੜ੍ਹਾ ਜਿਹਾ ਜੋੜਨਾ ਹੈ ਵੀ ਏਡੀ ਵੱਡੀ ਕੁਰਬਾਨੀ ਦੇ ਕੇ ਤੇ ਹੁਣ ਤੁਸੀਂ ਨੋਨ ਲੀਗ ਨਾਲ ਖੜਾਉਣਾ, ਵੱਡੀ ਕੁਰਬਾਨੀ ਦੇ ਕੇ ਤੇ ਤੁਸੀਂ ਉਹ ਨੱਚਣ ਵਾਲਿਆਂ ਨਾਲ ਖਵਾਉਣਾ, ਏਡੀ ਵੱਡੀ ਕੁਰਬਾਨੀ ਦੇ ਕੇ ਜਿਸ ਵੇਲੇ ਤੁਸੀਂ ਨੂਨ ਨਾਲ ਤੇ ਪੀਟੀਆਈ ਨਾਲ ਜਾਂ ਕਿਸੇ ਵੀ ਹੋਰੀ ਜਮਾਤ ਨਾਲ ਖੜੋ ਜਾਓਗੇ ਤੇ ਕੱਲ੍ਹ ਕਿਆਮਤ
ਵਾਲੇ ਦਿਹਾੜੇ 22 ਲੱਖ ਬੰਦੇ ਤੁਹਾਡੇ ਗਿਰਬਾਨ ਨਹੀਂ ਪੜਨਾ ਮਿਲਦਾ। ਅਸੀਂ ਕਈ ਵਾਰ ਕੁਰਬਾਨੀਆਂ ਦੇਖੀਆਂ। ਇੱਕ ਦਰਦਮੰਦਾਨਾ ਅਪੀਲ ਹੈ ਆਪਣੇ ਸ਼ਹਿਰ ਵਾਲਿਆਂ ਤੋਂ, ਜਿਹੜੀ ਸਾਡੀ ਮਹਾਜਰ ਬਰਾਦਰੀ ਹੈ, ਵੀ ਇਹ ਸਾਰਾ ਕੁਝ ਛੱਡ ਕੇ ਜਿਸ ਮਕਸਦ ਵਾਸਤੇ ਤੁਹਾਡੇ ਵੱਡਿਆਂ ਵਡੇਰਿਆਂ ਕੁਰਬਾਨੀਆਂ ਦਿੱਤੀਆਂ ਸਨ, ਉਸ ਮਕਸਦ ਆ ਲਓ ਤੇ ਉਸ ਮਕਸਦ ਵਾਸਤੇ ਸਿਰਫ ਇੱਕ ਹੀ ਜਮਾਤ ਹੈ ਜਿਹਦਾ ਨਾਮ ਤਹਿਰੀਕ ਲਬੈਕ ਪਾਕਿਸਤਾਨ।